ਕੁਸ਼ਤੀ ਖੇਡਦੇ ਪਰਿਵਾਰ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਛੱਤ ਥੱਲੇ ਬੈਠੇ ਇਸ ਪਰਿਵਾਰ ਦੇ ਉੱਤੇ ਅਚਾਨਕ ਹੀ ਮਕਾਨ ਦੀ ਛੱਤ ਆ ਕੇ ਟਿੱਕ ਗਈ। ਮਲਬੇ ਹੇਠਾਂ ਪੂਰਾ ਪਰਿਵਾਰ ਦੱਬ ਗਿਆ, ਜਿਸ ਦੌਰਾਨ ਪਿਤਾ ਦੀ ਤਾਂ ਥਾਂ ਹੀ ਮੌਤ ਹੋ ਗਈ, ਜਦਕਿ ਪਤਨੀ ਤੇ ਧੀ ਦੋਨੋਂ ਬੁਰੀ ਤਰ੍ਹਾਂ ਜ਼ਖਮੀ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰਸਾਤ ਹੋਈ ਸੀ ਤੇ ਬਰਸਾਤ ਤੋਂ ਬਾਅਦ ਇਸ ਛੱਤ ਦੇ ਉੱਤੇ ਪਾਣੀ ਖੜਾ ਸੀ। ਇਸ ਦੇ ਚੱਲਦਿਆਂ ਹੀ ਛੱਤ ਕਮਜ਼ੋਰ ਹੋ ਗਈ ਤੇ ਅਚਾਨਕ ਛੱਤ ਥੱਲੇ ਬੈਠੇ ਪਰਿਵਾਰ ਦੇ ਉੱਤੇ ਜਾ ਡਿੱਗੀ, ਜਿਸ ਕਰਕੇ ਇਹ ਸਾਰਾ ਪਰਿਵਾਰ ਇਸ ਛੱਤ ਦੇ ਮਲਬੇ ਹੇਠਾਂ ਆ ਗਿਆ, ਦੱਬ ਗਿਆ। ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਤੇ ਧੀ ਨੂੰ ਲੋਕਾਂ ਨੇ ਬਾਹਰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ, ਜੋ ਜ਼ਖਮੀ ਨੇ ਜ਼ੇਰੇ ਇਲਾਜ ਨੇ। ਇਹ ਹਾਦਸਾ ਬੋਹਰ ਦੇ ਮੋਹਨ ਨਗਰ 'ਚ ਵਾਪਰਿਆ ਹੈ, ਜਿੱਥੇ ਰਹਿਣ ਵਾਲੇ ਕਮਲ ਹਰਸ਼ ਨੇ ਦੱਸਿਆ ਹੈ ਕਿ ਉਸਦੇ ਪਿਤਾ ਪੰਜਾਬ ਸਿੰਘ ਅਤੇ ਮਾਤਾ ਰਾਣੋ, ਜੋ ਕਿ ਕਮਰੇ ਦੇ ਵਿੱਚ ਬੈਠੇ ਹੋਏ ਸਨ ਤੇ ਉਹ ਖੁਦ ਵੀ ਇਸ ਕਮਰੇ ਦੇ ਵਿੱਚ ਕੋਈ ਸਮਾਨ ਚੁੱਕਣ ਦੇ ਲਈ ਆਈ ਸੀ, ਤਾਂ ਅਚਾਨਕ ਹੀ ਮਕਾਨ ਦੀ ਛੱਤ, ਕਮਰੇ ਦੀ ਛੱਤ ਉਹਨਾਂ ਦੇ ਉੱਤੇ ਆ ਕੇ ਡਿੱਗ ਗਈ, ਜਿਸ ਕਰਕੇ ਉਹ ਸਾਰੇ ਹੀ ਇਸ ਛੱਤ ਦੇ ਮਲਬੇ ਹੇਠਾਂ ਦੱਬੇ ਗਏ। ਉਹਨਾਂ ਦੀਆਂ ਚੀਖਾਂ ਦੀ ਆਵਾਜ਼ ਸੁਣ ਕੇ ਜਦੋਂ ਲੋਕ ਆਏ ਤੇ ਬੜੀ ਮੁਸ਼ਕਲ ਦੇ ਨਾਲ ਮਲਬੇ ਦੇ ਹੇਠਾਂ ਇਹਨਾਂ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਪਿਤਾ ਦੀ ਮੌਤ ਹੋ ਚੁੱਕੀ ਸੀ, ਜਦਕਿ ਧੀ ਅਤੇ ਮਾਂ ਬੁਰੀ ਤਰ੍ਹਾਂ ਜ਼ਖਮੀ ਸਨ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਲਾਕਾ ਵਾਸੀਆਂ ਨੇ ਦੱਸਿਆ ਹੈ ਕਿ ਪੰਜਾਬ ਸਿੰਘ ਖੁਦ ਪੱਲੇਦਾਰੀ ਦਾ ਕੰਮ ਕਰਦਾ ਸੀ ਤੇ ਬਾਕੀ ਪਰਿਵਾਰ ਵੀ ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਂਦੇ ਸਨ। ਘਰ ਦੀ ਛੱਤ ਕਮਜ਼ੋਰ ਸੀ ਤੇ ਮੀਂਹ ਦੇ ਕਾਰਨ ਪਾਣੀ ਖੜਾ ਹੋ ਗਿਆ, ਜਿਸਦੀ ਮਾਰ ਇਹ ਛੱਤ ਨਹੀਂ ਚੱਲ ਸਕੀ ਤੇ ਆ ਕੇ ਇਸ ਪਰਿਵਾਰ ਤੇ ਡਿੱਗ ਗਈ, ਜਿਸ ਵਿੱਚ ਇਸ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ ਹੈ। ਪਿਤਾ ਦੀ ਦਰਦਨਾਕ ਮੌਤ ਹੋਈ ਹੈ, ਮੌਕੇ ਤੇ ਹੀ ਜਾਨ ਨਿਕਲ ਗਈ, ਜਦਕਿ ਇਸ ਘਰ ਦੀ ਮਾਲਕਣ ਯਾਨੀ ਕਿ ਇਸ ਪਤਨੀ ਤੇ ਧੀ ਦੋਨੋਂ ਹੀ ਜ਼ਖਮੀ ਨੇ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਉਧਰ ਹੀ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਵੀ ਲਗਾਈ ਗਈ ਹੈ। ਪਾਣੀ ਕੱਢਣ ਗਏ ਸੀ ਅੰਦਰ ਤੇ ਉਹਨੇ ਨੂੰ ਛੱਤ ਡਿੱਗ ਗਈ। ਤੇ ਸਿਸਟਰ ਮੋਮ ਤੇ ਡੈਡ, ਪੰਜਾਬ ਸਿੰਘ ਡੈਡੀ ਦਾ ਨਾਮ, ਮੰਮਾ ਦਾ ਰਾਣੋ ਕੌਰ ਤੇ ਵੱਡੀ ਭੈਣ ਦਾ ਨਾਮ ਕਮਲ, ਬਾਹਰ ਮੁਹੱਲੇ ਵਾਲਿਆਂ ਨੇ ਕੱਢਿਆ ਜੀ। ਪਾਪਾ ਕੁਛ ਨੀ ਕਰਦੇ, ਲੱਤ ਟੁੱਟੀ ਸੀ, ਕੰਮ ਨਹੀਂ ਸੀ, ਅਸੀਂ ਘਰਾਂ ਦਾ ਕਰਦੇ। ਮੇਰੇ ਚਾਚੇ ਦਾ ਲੜਕਾ ਹੈ ਪੰਜਾਬ ਸਿੰਘ, ਬਸ ਛੱਤ ਡਿੱਗੀ, ਛੱਤ ਡਿੱਗਣ ਕਰਕੇ ਬੱਚੇ ਬਾਹਰ ਸੀ, ਬਾਕੀ ਮੈਂ ਤਾਂ ਹੁਣੇ ਪਹੁੰਚੇ ਹੀ ਹੈ। ਕਾਰਨ ਪਾਣੀ ਪੂਣੀ ਪੈ ਗਿਆ ਜੀ, ਪਾਣੀ ਪੈਣ ਕਰਕੇ ਛੱਤ ਹੁੰਦਾ ਸੀ ਵਿਚਾਰਾ ਜੀ। ਰਾਣਾ ਸਿੰਘ ਪੰਜਾਬ ਸਿੰਘ ਹੈ ਜੀ ਉਹਨਾਂ ਨਾਮ ਜੀ, ਉਹਨਾਂ ਦੀ ਡੈਥ ਹੋ ਗਈ ਜੀ, ਉਹਨਾਂ ਦੀ ਵਾਈਫ ਦੀ ਵੀ ਕਾਫੀ ਚੋਟਾ, ਬੱਚਿਆਂ ਦੀ ਵੀ ਕਾਫੀ ਚੋਟਾ ਜੀ, ਤੇ ਪਰਿਵਾਰ ਬਹੁਤ ਗਰੀਬ ਹੈ। ਸਾਡੀ ਇਹ ਬੇਨਤੀ ਹੈ ਕਿ ਜਿੰਨੀ ਵੀ ਇਹਨਾਂ ਦੀ ਮਦਦ ਹੋ ਜੂਗੇ ਜੀ। ਲੱਗ ਗਏ ਕੋਈ ਕਰੀਬ 10-15 ਮਿੰਟ ਲੱਗ ਗਏ, ਸਾਰਾ ਮੁਹੱਲੇ ਵਾਲਿਆਂ ਨੂੰ ਪਤਾ ਲੱਗਿਆ ਜੀ, ਮੁਹੱਲੇ ਵਾਲੇ ਸਾਰੇ ਆਏ ਜੀ, ਕੋਸ਼ਿਸ਼ ਕਰਦੇ ਰਹੇ, ਪੱਥਰ ਵੱਡੇ ਵੱਡੇ ਸੀ, ਟਾਈਮ ਲੱਗ ਗਿਆ, ਪਰ ਉਹ ਸਰਕਾਰੀ ਹਸਪਤਾਲ ਲੈ ਕੇ ਗਏ ਤੇ ਉਹ ਮ੍ਰਿਤਕ ਹੋ ਗਈ।